ਹੈਲੋ ਸਟੂਡੈਂਟਸ, ਵੈਲਕਮ ਟੂ ਸਟੱਡੀ ਪੁਆਇੰਟ 44। ਹਾਂਜੀ, ਪੰਜਾਬ ਪੁਲਿਸ ਐਗਜ਼ਾਮ ਨੂੰ ਟਾਰਗੇਟ ਰੱਖ ਕੇ ਜੋ ਆਪਾਂ ਟੌਪ 1000 ਪਲੱਸ GK MCQs ਦੀ ਸੀਰੀ ਸ਼ੁਰੂ ਕੀਤੀ ਹੋਈ ਹੈ, ਉਹਦੇ ਆਪਾਂ ਨੈਕਸਟ ਜਿਹੜੇ ਕੁਐਸਚਨਸ ਬਣਦੇ ਨੇ ਉਹ ਆਪਾਂ ਅੱਜ ਦੀ ਇਸ ਵੀਡੀਓ ਵਿੱਚ ਡਿਸਕਸ ਕਰਾਂਗੇ। ਅੱਜ ਆਪਣਾ ਡੇ 9 ਰਹੇਗਾ, ਯਾਨੀ ਕਿ ਇਸ ਤੋਂ ਪਹਿਲਾਂ ਆਪਾਂ 8 ਵੀਡੀਓਜ਼ ਜਿਹੜੀਆਂ ਚੈਨਲ ਦੇ ਉੱਪਰ ਅਪਲੋਡ ਕਰ ਚੁੱਕੇ ਆ। ਜੇਕਰ ਤੁਸੀਂ ਉਹਨਾਂ ਵੀਡੀਓਜ਼ ਨੂੰ ਨਹੀਂ ਦੇਖਿਆ ਤਾਂ ਚੈਨਲ ਦੀ ਪਲੇ ਲਿਸਟ ਚੈੱਕ ਕਰਕੇ ਦੇਖੋ, ਉੱਥੇ ਤੁਹਾਨੂੰ ਸਾਰੀਆਂ ਜਿਹੜੀਆਂ ਵੀਡੀਓਜ਼ ਨੇ ਉਹ ਮਿਲ ਜਾਣਗੀਆਂ। ਅੱਜ ਦੀ ਇਸ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਵੀ ਵਿਦਿਆਰਥੀ ਆਪਣੇ ਇਸ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹਨ ਤਾਂ ਪਲੀਜ਼ ਚੈਨਲ ਨੂੰ ਹੁਣੇ ਹੀ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਵੀ ਪ੍ਰੈਸ ਕਰ ਲਵੋ, ਤਾਂ ਜੋ ਜਦੋਂ ਵੀ ਕੋਈ ਆਪਾਂ ਨੈਕਸਟ ਵੀਡੀਓ ਅਪਲੋਡ ਕਰਦੇ ਹਾਂ ਤਾਂ ਉਸ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ। ਇਸ ਤੋਂ ਇਲਾਵਾ ਕੰਪਲੀਟ ਪੰਜਾਬ GK ਦੇ ਤੁਸੀਂ ਆਪਣੇ ਕੋਲੋਂ ਨੋਟਸ ਬਾਏ ਕਰ ਸਕਦੇ ਹੋ, ਠੀਕ ਹੈ। ਨੀਚੇ ਦਿੱਤੇ ਗਏ ਨੰਬਰ ਤੇ ਤੁਸੀਂ ਮੈਨੂੰ ਵਟਸਐਪ ਰਾਹੀਂ ਡਾਇਰੈਕਟ ਮੈਸੇਜ ਕਰ ਸਕਦੇ ਹੋ ਜਾਂ ਕਾਲ ਵੀ ਕਰ ਸਕਦੇ ਹੋ, ਠੀਕ ਹੈ। ਸਾਰੀ ਜਿਹੜੀ ਇਨਫੋਰਮੇਸ਼ਨ ਹੈ ਤੁਹਾਨੂੰ ਪ੍ਰੋਵਾਈਡ ਕਰਵਾ ਦਿੱਤੀ ਜਾਵੇਗੀ। ਪੰਜਾਬ GK ਦੇ ਨੋਟਸ ਤੁਹਾਨੂੰ ਮਿਲ ਜਾਣਗੇ, ਪੋਲੀਟੀਕਲ ਦੇ ਨੋਟਸ ਮਿਲ ਜਾਣਗੇ, ਐਂਡ ਹਿਸਟਰੀ ਸਬਜੈਕਟ ਦੇ ਜਿਹੜੇ ਨੋਟਸ ਨੇ ਉਹ ਤੁਹਾਨੂੰ ਮਿਲ ਜਾਣਗੇ। ਤਾਂ ਨੀਚੇ ਦਿੱਤੇ ਗਏ ਨੰਬਰ ਤੇ ਤੁਸੀਂ ਮੈਨੂੰ ਮੈਸੇਜ ਕਰਨਾ ਵਟਸਐਪ ਰਾਹੀਂ ਜਾਂ ਡਾਇਰੈਕਟ ਕਾਲ ਵੀ ਕਰ ਸਕਦੇ ਹੋ। ਇਸ ਤੋਂ ਇਲਾਵਾ ਇੱਕ ਆਪਣਾ ਐਪਲੀਕੇਸ਼ਨ ਵੀ ਆ, ਲਿੰਕ ਡਿਸਕ੍ਰਿਪਸ਼ਨ ਬਾਕਸ ਵਿੱਚ ਦਿੱਤੀ ਹੋਈ ਆ, ਐਂਡ ਇੱਕ ਆਪਣਾ ਟੈਲੀਗ੍ਰਾਮ ਚੈਨਲ ਵੀ ਆ, ਤਾਂ ਉਹਨਾਂ ਨੂੰ ਵੀ ਤੁਸੀਂ ਜਿਹੜਾ ਐਪਲੀਕੇਸ਼ਨ ਨੂੰ ਇੰਸਟਾਲ ਕਰ ਲੈਣਾ, ਉੱਥੇ ਤੁਹਾਨੂੰ ਫ੍ਰੀ ਆਫ ਕਾਸਟ ਕੁਝ PDF ਮਿਲ ਜਾਣਗੀਆਂ, ਐਂਡ ਪੇਡ ਵੀ ਲੈ ਸਕਦੇ ਹੋ। ਐਂਡ ਟੈਲੀਗ੍ਰਾਮ ਚੈਨਲ ਨੂੰ ਤੁਸੀਂ ਜੁਆਇਨ ਕਰ ਲੈਣਾ, ਉੱਥੇ ਤੁਹਾਨੂੰ ਕੁਝ PDF ਪ੍ਰੋਵਾਈਡ ਕੀਤੀਆਂ ਜਾਂਦੀਆਂ ਨੇ ਫ੍ਰੀ ਆਫ ਕਾਸਟ, ਠੀਕ ਹੈ। ਬਾਕੀ ਵੀਡੀਓ ਨੂੰ ਲਾਸਟ ਤੱਕ ਦੇਖਿਓ, ਕਮੈਂਟ ਬਾਕਸ ਵਿੱਚ ਦੱਸਿਓ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ, ਐਂਡ ਕੰਟੈਂਟ ਵਧੀਆ ਲੱਗਦਾ ਤਾਂ ਫਿਰ ਤੁਸੀਂ ਆਪਣੇ ਕੋਲ ਨੋਟਸ ਖੋਲ ਕੇ ਵੀ ਨਹੀਂ ਛੱਡਣੇ। ਤਾਂ ਹੁਣ ਵੀਡੀਓ ਨੂੰ ਸ਼ੁਰੂ ਕਰਦੇ ਹਾਂ। 185 ਜਿਹੜੇ MCQs ਨੇ ਉਹ ਆਪਣੇ ਕਵਰ ਹੋ ਚੁੱਕੇ ਨੇ। ਕਿਹੜਾ ਲੋਕ ਗੀਤ ਮਾਲਵੇ ਦਾ ਪ੍ਰਸਿੱਧ ਮੰਨਿਆ ਜਾਂਦਾ ਹੈ? ਆਪਸ਼ਨਾਂ ਤੁਹਾਡੇ ਸਾਹਮਣੇ ਨੇ, ਠੀਕ ਹੈ। ਥੋੜਾ ਜਿਹਾ ਮੈਂ ਤੁਹਾਨੂੰ ਟਾਈਮ ਦੇਵਾਂਗਾ ਆਂਸਰ ਸੋਚਣ ਦੇ ਲਈ, ਠੀਕ ਹੈ। ਸੁਹਾਗ, ਮਾਈਆ, ਬੋਲੀਆਂ ਜਾਂ ਟੱਪੇ, ਠੀਕ ਹੈ। ਆਂਸਰ ਫਾਈਂਡ ਕਰਨ ਦੀ ਕੋਸ਼ਿਸ਼ ਕਰੋ, ਕਿਹੜਾ ਇਹਨਾਂ ਵਿੱਚੋਂ ਲੋਕ ਗੀਤ ਮਾਲਵੇ ਦਾ ਪ੍ਰਸਿੱਧ ਹੈ? ਤਾਂ ਇੱਥੇ ਜਿਹੜਾ ਕਰੈਕਟ ਆਂਸਰ ਬਣੇਗਾ ਉਹ ਬਣੇਗਾ ਮਾਈਆ। ਬੀ ਬਿਲਕੁਲ ਸਹੀ ਆਂਸਰ ਬਣੇਗਾ, ਆਪਸ਼ਨ ਨੰਬਰ ਬੀ ਮਾਈਆ। ਵੈਸੇ ਤਾਂ ਸੁਹਾਗ ਵੀ ਲੋਕ ਗੀਤ ਨੇ, ਮਾਈਆ ਵੀ, ਬੋਲੀਆਂ ਵੀ ਤੇ ਟੱਪੇ ਵੀ, ਇਹ ਸਾਰੇ ਆਪਣੇ ਕੋਲੋਂ ਲੋਕ ਗੀਤ ਨੇ, ਠੀਕ ਹੈ। ਧਿਆਨ ਵਿੱਚ ਜ਼ਰੂਰ ਰੱਖਿਓ, ਬੀ ਬਿਲਕੁਲ ਸਹੀ ਆਂਸਰ ਬਣੇਗਾ। ਸੁਹਾਗ ਜਿਹੜੇ ਨੇ ਇਹ ਕੁੜੀ ਦੇ ਵਿਆਹ ਦੇ ਲੋਕ ਗੀਤ ਹੁੰਦੇ ਨੇ, ਠੀਕ ਹੈ। ਪੇਪਰ ਦੇ ਵਿੱਚ ਕੁਐਸਚਨ ਪੁੱਛਿਆ ਜਾਵੇਗਾ, ਹੇਠ ਲਿਖਿਆਂ ਵਿੱਚੋਂ ਕਿਹੜੇ ਲੋਕ ਗੀਤ ਕੁੜੀ ਦੇ ਵਿਆਹ ਦੇ ਲੋਕ ਗੀਤ ਨੇ, ਤਾਂ ਉੱਥੇ ਆਂਸਰ ਟਿਕ ਕਰਕੇ ਆਇਓ ਸੁਹਾਗ, ਤਾਂ ਬੀ ਇੱਥੇ ਬਿਲਕੁਲ ਸਹੀ ਆਂਸਰ ਬਣ ਜਾਵੇਗਾ। ਨੈਕਸਟ, ਹੇਠ ਲਿਖਿਆਂ ਦੇ ਵਿੱਚੋਂ ਕਿਹੜਾ ਲੋਕ ਗੀਤ ਬੱਚਿਆਂ ਦਾ ਲੋਕ ਗੀਤ ਹੈ? ਹੇਰਾ, ਢੋਲੇ, ਥਾਲ ਜਾਂ ਸੱਗ, ਠੀਕ ਹੈ। ਕਈ ਵਾਰ ਪੇਪਰ ਚ ਏਦਾਂ ਵੀ ਕੁਐਸਚਨ ਪੁੱਛਿਆ ਜਾ ਸਕਦਾ ਹੈ, ਇਹਨਾਂ ਵਿੱਚੋਂ ਕਿਹੜਾ ਲੋਕ ਗੀਤ ਜਿਹੜਾ ਹੈ, ਜਾਂ ਏਦਾਂ ਕੁਐਸਚਨ ਪੁੱਛਿਆ ਜਾ ਸਕਦਾ ਹੇਠ ਲਿਖਿਆ ਦੇ ਵਿੱਚੋਂ ਕਿਹੜਾ ਇੱਕ ਲੋਕ ਗੀਤ ਨਹੀਂ ਹੈ? ਉੱਥੇ ਕੁਝ ਲੋਕ ਗੀਤ ਦਿੱਤੇ ਹੋਣਗੇ, ਉਹਨਾਂ ਵਿੱਚੋਂ ਇੱਕ ਦੇ ਗਹਿਣੇ ਦਾ ਨਾਮ ਹੋਵੇਗਾ ਜਾਂ ਇੱਕ ਦੇ ਖੇਡ ਦਾ ਨਾਮ ਹੋਵੇਗਾ, ਉਹੀ ਤੁਹਾਡਾ ਜਿਹੜਾ ਸਹੀ ਆਂਸਰ ਬਣ ਜਾਵੇਗਾ। ਆਪਸ਼ਨ ਸੋਚੋ, ਤਾਂ ਆਂਸਰ ਬਣੇਗਾ ਆਪਸ਼ਨ ਨੰਬਰ ਸੀ, ਯਾਨੀ ਕਿ ਥਾਲ, ਠੀਕ ਹੈ। ਥਾਲ ਜਿਹੜੇ ਲੋਕ ਗੀਤ ਨੇ ਇਹ ਬੱਚਿਆਂ ਦੇ ਲੋਕ ਗੀਤ ਹੁੰਦੇ ਨੇ, ਸੀ ਬਿਲਕੁਲ ਸਹੀ ਆਂਸਰ ਬਣੇਗਾ। ਤੇਰਾ ਵੀ ਲੋਕ ਗੀਤ ਹੈ, ਢੋਲੇ ਵੀ, ਥਾਲ ਵੀ ਤੇ ਸੱਤ ਵੀ, ਤਾਂ ਸੀ ਇੱਥੇ ਕਰੈਕਟ ਆਂਸਰ ਬਣ ਜਾਵੇਗਾ, ਠੀਕ ਹੈ। ਸੱਤ ਜਿਹੜਾ ਲੋਕ ਗੀਤ ਹੈ ਇਹ ਮਾਲਵੇ ਦਾ ਪ੍ਰਸਿੱਧ ਲੋਕ ਗੀਤ ਹੈ, ਠੀਕ ਹੈ। ਸੱਤ ਵੀ ਲੋਕ ਗੀਤ ਜਿਹੜਾ ਮਾਲਵੇ ਦਾ ਪ੍ਰਸਿੱਧ ਮੰਨਿਆ ਜਾਂਦਾ ਹੈ। ਨੈਕਸਟ, ਸੱਸੀ ਪੁੰਨੂ ਕਿੱਸਾ ਕਿਸ ਦਾ ਮਸ਼ਹੂਰ ਹੋਇਆ ਸੀਗਾ? ਬਹੁਤ ਜ਼ਿਆਦਾ ਮਹੱਤਵਪੂਰਨ ਰਹੇਗਾ ਇਹ ਵਾਲਾ ਕੁਐਸਚਨ, ਧਿਆਨ ਵਿੱਚ ਜ਼ਰੂਰ ਰੱਖਿਓ।
ਸੱਸੀ ਪੁੰਨੂ ਜਿਹੜਾ ਕਿੱਸਾ ਸੀਗਾ ਇਹ ਮਸ਼ਹੂਰ ਹੋਇਆ ਸੀ ਹਾਸ਼ਮ ਸ਼ਾਹ ਦਾ। ਸੀ ਬਿਲਕੁਲ ਸਹੀ ਆਂਸਰ ਬਣੇਗਾ, ਆਪਸ਼ਨ ਨੰਬਰ ਸੀ ਹਾਸ਼ਮ ਸ਼ਾਹ। ਨੈਕਸਟ ਜੇਕਰ ਆਪਾਂ ਗੱਲ ਕਰੀਏ ਸੋਹਣੀ ਮਹੀਵਾਲ ਜਿਹੜਾ ਇਹ ਕਿੱਸਾ ਮਸ਼ਹੂਰ ਹੁੰਦਾ ਫਜ਼ਲ ਸ਼ਾਹ ਦਾ। ਕਿਸਦਾ? ਫਜ਼ਲ ਸ਼ਾਹ ਦਾ। ਇਹ ਪੁਆਇੰਟ ਧਿਆਨ ਵਿੱਚ ਜ਼ਰੂਰ ਰੱਖਿਓ, ਇਹ ਵੀ ਪੇਪਰ ਦੇ ਵਿੱਚ ਬਹੁਤ ਵਾਰ ਕੁਸ਼ਚਨ ਰਿਪੀਟ ਹੁੰਦਾ। ਹੀਰ ਦਾ ਕਿੱਸਾ ਪੁੱਛਿਆ ਜਾਂਦਾ, ਹੀਰ ਦਾ ਜਿਹੜਾ ਕਿੱਸਾ ਸੀਗਾ ਉਹ ਕਿਸਦਾ ਮਸ਼ਹੂਰ ਹੋਇਆ ਸੀ? ਹੀਰ ਦਾ ਕਿੱਸਾ, ਠੀਕ ਹੈ, ਉਹ ਹੋਇਆ ਸੀ ਵਾਰਸ ਸ਼ਾਹ ਦਾ। ਵਾਰਸ ਸ਼ਾਹ ਨੂੰ ਪੰਜਾਬ ਦੇ ਸ਼ੇਕਸਪੀਅਰ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਪੰਜਾਬ ਦਾ ਸ਼ੇਕਸਪੀਅਰ ਇਸ ਕਰਕੇ ਕਿਹਾ ਜਾਂਦਾ ਵਾਰਸ ਸ਼ਾਹ ਨੂੰ ਕਿਉਂਕਿ ਉਸਨੇ ਹੀਰ ਦਾ ਕਿੱਸਾ ਲਿਖਿਆ ਸੀਗਾ, ਐਂਡ ਹੀਰ ਦਾ ਕਿੱਸਾ ਵੀ ਇਹਦਾ ਹੀ ਮਸ਼ਹੂਰ ਹੋਇਆ ਸੀ। ਤਾਂ ਇਸ ਤੋਂ ਇਲਾਵਾ ਜੇਕਰ ਆਪਾਂ ਗੱਲ ਕਰੀਏ ਮਿਰਜ਼ਾ ਸਾਹਿਬਾਂ ਦੀ, ਤਾਂ ਮਿਰਜ਼ਾ ਸਾਹਿਬਾ ਜਿਹੜਾ ਕਿੱਸਾ ਇਹ ਹੋਇਆ ਸੀ ਹਾਫਿਜ਼ ਬਰਕਰਾਰ ਦਾ। ਇਹ ਵੀ ਪੁਆਇੰਟ ਧਿਆਨ ਵਿੱਚ ਜ਼ਰੂਰ ਰੱਖਿਓ, ਕਿੱਸਾ ਪੂਰਨ ਭਗਤ ਦਾ ਕਾਦਰ ਯਾਰ ਦਾ ਜਿਹੜਾ ਮਸ਼ਹੂਰ ਹੁੰਦਾ। ਨੈਕਸਟ, ਹਾਂਜੀ, ਜੇਕਰ ਵੀਡੀਓ ਤੁਹਾਨੂੰ ਵਧੀਆ ਲੱਗ ਰਹੀ ਤਾਂ ਪਲੀਜ਼ ਇੱਕ ਵਾਰ ਵੀਡੀਓ ਨੂੰ ਲਾਈਕ ਕਰ ਦਿਓ, ਐਂਡ ਸ਼ੇਅਰ ਨਹੀਂ ਕੀਤਾ ਤਾਂ ਪਲੀਜ਼ ਇੱਕ ਵਾਰੀ ਸ਼ੇਅਰ ਵੀ ਕਰ ਦਿਓ। ਪੰਜਾਬ ਦੇ ਕਿਹੜੇ ਸ਼ਹਿਰ ਨੂੰ ਚਿੱਟੇ ਸੋਨੇ ਦੀ ਭੂਮੀ ਵੀ ਕਿਹਾ ਜਾਂਦਾ ਹੈ? ਬਹੁਤ ਮਹੱਤਵਪੂਰਨ ਕੁਸ਼ਚਨ ਹੈ, ਵਾਰ ਵਾਰ ਪੇਪਰ ਚ ਤੁਹਾਨੂੰ ਦੇਖਣ ਨੂੰ ਮਿਲੇਗਾ, ਠੀਕ ਹੈ। ਪੰਜਾਬ ਦੇ ਕਿਹੜੇ ਸ਼ਹਿਰ ਨੂੰ ਚਿੱਟੇ ਸੋਨੇ ਦੀ ਭੂਮੀ ਵੀ ਕਿਹਾ ਜਾਂਦਾ? ਆਂਸਰ ਬਣੇਗਾ ਆਪਸ਼ਨ ਨੰਬਰ ਬੀ, ਯਾਨੀ ਕਿ ਮਾਨਸਾ, ਠੀਕ ਹੈ। ਮਾਨਸਾ ਜਿਹੜਾ ਸ਼ਹਿਰ ਹੈ ਇਸਨੂੰ ਪੰਜਾਬ ਦੇ ਚਿੱਟੇ ਸੋਨੇ ਦੀ ਭੂਮੀ ਵੀ ਕਿਹਾ ਜਾਂਦਾ ਹੈ। ਜੇਕਰ ਐਦਾਂ ਪੇਪਰ ਦੇ ਵਿੱਚ ਕੁਸ਼ਚਨ ਪੁੱਛਿਆ ਜਾਵੇ ਚਿੱਟੇ ਸੋਨੇ ਦਾ ਖੇਤਰ ਕਿਸ ਨੂੰ ਕਿਹਾ ਜਾਂਦਾ ਹੈ, ਠੀਕ ਹੈ, ਚਿੱਟੇ ਸੋਨੇ ਦਾ ਖੇਤਰ, ਫਿਰ ਆਵੇਗਾ ਮਾਲਵਾ ਆਂਸਰ। ਇਹ ਵੀ ਪੁਆਇੰਟ ਧਿਆਨ ਦੇ ਵਿੱਚ ਜ਼ਰੂਰ ਰੱਖਿਓ। ਠੀਕ ਹੈ, ਇਹ ਵੀ ਤੁਸੀਂ ਪੁਆਇੰਟ ਧਿਆਨ ਦੇ ਵਿੱਚ ਜ਼ਰੂਰ ਰੱਖਿਓ। ਨੈਕਸਟ ਜੇਕਰ ਆਪਾਂ ਗੱਲ ਕਰੀਏ ਪੰਜਾਬ ਦੇ ਸ਼ਹਿਰਾਂ ਦੇ ਉਪਨਾਮ, ਆਹ ਜਿਹੜੇ ਕੁਸ਼ਚਨ ਮੈਂ ਤੁਹਾਨੂੰ ਇੱਥੇ ਕਰਾਵਾਂਗਾ ਸਾਰੇ ਪੁਆਇੰਟ ਤੁਸੀਂ ਧਿਆਨ ਵਿੱਚ ਜ਼ਰੂਰ ਰੱਖਣੇ ਨੇ। ਚੀਨਾ ਦਾ ਸ਼ਹਿਰ ਜੇਕਰ ਪੁੱਛਿਆ ਜਾਵੇ ਪੰਜਾਬ ਦੇ ਵਿੱਚ ਤਾਂ ਤੁਸੀਂ ਪੇਪਰ ਵਿੱਚ ਆਂਸਰ ਟਿੱਕ ਕਰਕੇ ਆਉਣਾ ਹੈ ਬਠਿੰਡਾ, ਠੀਕ ਹੈ। ਮਾਲਵੇ ਦਾ ਦਿਲ ਪੁੱਛਿਆ ਜਾਵੇ ਤਾਂ ਫਿਰ ਵੀ ਆਂਸਰ ਟਿੱਕ ਕਰਕੇ ਆਉਣਾ ਹੈ ਬਠਿੰਡਾ, ਠੀਕ ਹੈ। ਗਾਰਡਨ ਸਿਟੀ ਆਫ ਪੰਜਾਬ ਪੁੱਛਿਆ ਜਾਵੇ ਤਾਂ ਆਂਸਰ ਟਿੱਕ ਕਰਕੇ ਆਉਣਾ ਪਟਿਆਲਾ, ਠੀਕ ਹੈ, ਗਾਰਡਨ ਸਿਟੀ ਆਫ ਪੰਜਾਬ ਪਟਿਆਲਾ। ਮਾਨਚੈਸਟਰ ਆਫ ਪੰਜਾਬ ਲੁਧਿਆਣਾ, ਠੀਕ ਹੈ। ਪੰਜਾਬ ਦਾ ਮਾਨਚੈਸਟਰ ਕਿਸ ਨੂੰ ਕਿਹਾ ਜਾਂਦਾ ਹੈ? ਲੁਧਿਆਣਾ ਸ਼ਹਿਰ ਨੂੰ ਕਿਹਾ ਜਾਂਦਾ ਹੈ, ਠੀਕ ਹੈ। ਇੱਥੇ ਬਹੁਤ ਸਾਰੇ ਉਦਯੋਗ ਸਥਾਪਿਤ ਕੀਤੇ ਜਾ ਰਹੇ ਨੇ, ਇਸ ਕਰਕੇ ਪੰਜਾਬ ਦਾ ਮਾਨਚੈਸਟਰ ਕਿਹਾ ਜਾਂਦਾ ਹੈ ਲੁਧਿਆਣਾ। ਇਸ ਤੋਂ ਇਲਾਵਾ ਜੇਕਰ ਆਪਾਂ ਗੱਲ ਕਰੀਏ ਜਿਹੜਾ ਆਪਣਾ ਪੰਜਾਬ ਦਾ ਸ਼ਹਿਰ ਹੈਗਾ ਲੁਧਿਆਣਾ, ਤਾਂ ਇੱਥੋਂ ਦੀ ਜਿਹੜੀ ਜਨਸੰਖਿਆ ਉਹ ਸਭ ਤੋਂ ਵੱਧ ਹੈਗੀ ਆ, ਠੀਕ ਹੈ। ਲੋਹ ਸਿਟੀ ਆਫ ਪੰਜਾਬ ਕਿਹਾ ਜਾਂਦਾ ਮੰਡੀ ਗੋਬਿੰਦਗੜ੍ਹ ਨੂੰ, ਜਾਂ ਸਟੀਲ ਸਿਟੀ ਆਫ ਪੰਜਾਬ ਮੰਡੀ ਗੋਬਿੰਦਗੜ੍ਹ। ਖੇਡ ਸਿਟੀ ਆਫ ਪੰਜਾਬ ਜਲੰਧਰ, ਠੀਕ ਹੈ, ਕਿਉਂਕਿ ਖੇਡਾਂ ਦਾ ਸਮਾਨ ਇੱਥੇ ਸਭ ਤੋਂ ਵੱਧ ਮਿਲਦਾ ਹੈ। ਪੰਜਾਬ ਦੀ ਪਵਿੱਤਰ ਧਰਤੀ ਅੰਮ੍ਰਿਤਸਰ। ਸਾਰੇ ਹੀ ਜਿਹੜੇ ਪੁਆਇੰਟ ਨੇ ਤੁਸੀਂ ਧਿਆਨ ਦੇ ਵਿੱਚ ਜ਼ਰੂਰ ਰੱਖੋ। ਇਸ ਦੀ ਤੁਹਾਨੂੰ PDF ਵੀ ਮਿਲ ਜਾਏਗੀ, ਬਟ ਤੁਸੀਂ ਟੈਲੀਗ੍ਰਾਮ ਚੈਨਲ ਜਿਹੜਾ ਤੁਸੀਂ ਜ਼ਰੂਰ ਜੁਆਇਨ ਕਰਨਾ, ਲਿੰਕ ਡਿਸਕ੍ਰਿਪਸ਼ਨ ਬਾਕਸ ਵਿੱਚ ਦਿੱਤੀ ਹੋਈ ਹੈ। ਸ਼ਹੀਦਾਂ ਦੀ ਧਰਤੀ ਪੁੱਛ ਲਿਆ ਜਾਵੇ ਤਾਂ ਫਿਰੋਜ਼ਪੁਰ। ਨੈਕਸਟ, ਅੰਤਰਰਾਸ਼ਟਰੀ ਸਿੱਖ ਅਜਾਇਬ ਘਰ ਕਿੱਥੇ ਹੈ? ਅੰਮ੍ਰਿਤਸਰ, ਪਟਿਆਲਾ, ਬਠਿੰਡਾ ਜਾਂ ਲੁਧਿਆਣਾ? ਤਾਂ ਅੰਤਰਰਾਸ਼ਟਰੀ ਸਿੱਖ ਅਜਾਇਬ ਘਰ ਇਹ ਹੈਗਾ ਲੁਧਿਆਣਾ ਦੇ ਵਿੱਚ। ਡੀ ਬਿਲਕੁਲ ਸਹੀ ਆਂਸਰ ਬਣੇਗਾ, ਆਪਸ਼ਨ ਨੰਬਰ ਡੀ ਲੁਧਿਆਣਾ। ਸਰਕਾਰੀ ਅਜਾਇਬ ਘਰ ਪੁੱਛ ਲਿਆ ਜਾਵੇ ਤਾਂ ਹੁਸ਼ਿਆਰਪੁਰ। ਕਿੱਥੇ? ਹੁਸ਼ਿਆਰਪੁਰ।
ਪੰਜਾਬ ਦਾ ਸਭ ਤੋਂ ਵੱਧ ਪੜ੍ਹਿਆ ਲਿਖਿਆ ਜ਼ਿਲ੍ਹਾ ਵੀ ਹੁਸ਼ਿਆਰਪੁਰ ਹੈ। ਵਿਰਾਸਤ ਏ ਖਾਲਸਾ ਕਿੱਥੇ ਹੈ? ਇਹ ਹੈ ਅਨੰਦਪੁਰ ਸਾਹਿਬ ਦੇ ਵਿੱਚ। ਨੈਕਸਟ, ਵਿਰਾਸਤ ਏ ਖਾਲਸਾ ਦਾ ਉਦਘਾਟਨ ਕਦੋਂ ਕੀਤਾ ਗਿਆ ਸੀਗਾ? ਵਿਰਾਸਤ ਏ ਖਾਲਸਾ ਦਾ ਜਿਹੜਾ ਉਦਘਾਟਨ ਹੈ ਕੀਤਾ ਜਾਂਦਾ ਹੈ 2011 ਦੇ ਵਿੱਚ। ਵੀ ਇੱਥੇ ਬਿਲਕੁਲ ਸਹੀ ਆਂਸਰ ਬਣੇਗਾ। ਵਿਰਾਸਤ ਏ ਖਾਲਸਾ ਦਾ ਉਦਘਾਟਨ ਹੁੰਦਾ 2011 ਦੇ ਵਿੱਚ। ਵੀ ਕਰੈਕਟ ਆਂਸਰ ਬਣੇਗਾ। ਨੈਕਸਟ, ਪੰਜਾਬ ਦਾ ਸ਼ੇਕਸਪੀਅਰ ਕਿਸ ਨੂੰ ਕਿਹਾ ਜਾਂਦਾ ਹੈ? ਤਾਂ ਪੰਜਾਬ ਦਾ ਸ਼ੇਕਸਪੀਅਰ ਕਿਹਾ ਜਾਂਦਾ ਹੈ ਵਾਰਸ ਸ਼ਾਹ ਨੂੰ। ਬੀ ਬਿਲਕੁਲ ਸਹੀ ਆਂਸਰ ਬਣੇਗਾ, ਆਪਸ਼ਨ ਨੰਬਰ ਬੀ। ਇਹਦਾ ਆਂਸਰ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ, ਤਾਂ ਬੀ ਇੱਥੇ ਜਿਹੜਾ ਕਰੈਕਟ ਆਂਸਰ ਬਣ ਜਾਵੇਗਾ। ਨੈਕਸਟ, ਪੰਜਾਬ ਦੀ ਕੋਇਲ ਪੁੱਛ ਲਿਆ ਜਾਵੇ ਤਾਂ ਸੁਰਿੰਦਰ ਕੌਰ, ਪੰਜਾਬ ਦੀ ਆਵਾਜ਼ ਪੁੱਛ ਲਿਆ ਜਾਵੇ ਤਾਂ ਅੰਮ੍ਰਿਤਾ ਪ੍ਰੀਤਮ। ਕਿਉਂਕਿ ਅੰਮ੍ਰਿਤਾ ਪ੍ਰੀਤਮ ਦੀ ਇੱਕ ਰਚਨਾ ਹੈਗੀ ਹੈ ਰਸੀਦੀ ਟਿਕਟ। ਰਸੀਦੀ ਟਿਕਟ ਬਹੁਤ ਮਹੱਤਵਪੂਰਨ ਹੈ, ਵਾਰ ਵਾਰ ਪੇਪਰ ਦੇ ਵਿੱਚ ਪੁੱਛੀ ਜਾਂਦੀ ਹੈ। ਨੈਕਸਟ, ਸੂਫੀਆਂ ਦਾ ਸ਼ਿਖਰ ਕਿਸ ਨੂੰ ਮੰਨਿਆ ਜਾਂਦਾ ਹੈ? ਬੁੱਲੇ ਸ਼ਾਹ, ਸ਼ਾਹ ਹੁਸੈਨ, ਪੀਲੂ ਜਾਂ ਦਮੋਦਰ? ਤਾਂ ਸੂਫੀਆਂ ਦਾ ਸ਼ਿਖਰ ਮੰਨਿਆ ਜਾਂਦਾ ਹੈ ਬੁੱਲੇ ਸ਼ਾਹ ਨੂੰ। ਇਹ ਇੱਥੇ ਬਿਲਕੁਲ ਸਹੀ ਆਂਸਰ ਬਣੇਗਾ, ਆਪਸ਼ਨ ਨੰਬਰ ਏ ਬੁੱਲੇ ਸ਼ਾਹ। ਇਸ ਤੋਂ ਇਲਾਵਾ ਜੇਕਰ ਪੁੱਛ ਲਿਆ ਜਾਵੇ ਸੂਫੀਆਂ ਦਾ ਪਿਤਾਮਾ ਕਿਸ ਨੂੰ ਕਿਹਾ ਜਾਂਦਾ ਹੈ, ਤਾਂ ਉਹ ਕਿਹਾ ਜਾਂਦਾ ਹੈ ਸ਼ਾਹ ਹੁਸੈਨ ਨੂੰ ਸੂਫੀਆਂ ਦਾ ਪਿਤਾਮਾ ਕਿਹਾ ਜਾਂਦਾ ਹੈ। ਇਹ ਪੁਆਇੰਟ ਧਿਆਨ ਵਿੱਚ ਜ਼ਰੂਰ ਰੱਖਿਓ। ਬੁੱਲੇ ਸ਼ਾਹ ਦੇ ਮੁਰਸ਼ਦ ਦਾ ਨਾਮ ਸੀਗਾ ਸ਼ਾਹ ਨਾਇਤ ਕਾਦਰੀ, ਠੀਕ ਹੈ। ਬੁੱਲੇ ਸ਼ਾਹ ਦੇ ਮੁਰਸ਼ਦ ਨਾਮ ਯਾਨੀ ਕਿ ਗੁਰੂ ਦਾ ਨਾਮ ਸੀਗਾ, ਮੁਰਸ਼ਦ ਮਤਲਬ ਹੁੰਦਾ ਗੁਰੂ, ਸ਼ਾਹ ਅਨਾਇਤ ਕਾਦਰੀ। ਇਹਨਾਂ ਦੀ ਕੁੱਲ ਕਾਫੀਆਂ ਦੀ ਗਿਣਤੀ ਸੀਗੀ 156। ਕਿੰਨੀ ਸੀ? 156 ਸੀਗੀ ਬਾਬਾ ਬੁੱਲੇ ਸ਼ਾਹ ਦੇ ਕਾਫੀਆਂ ਦੀ ਗਿਣਤੀ। ਪੁਆਇੰਟ ਧਿਆਨ ਵਿੱਚ ਜ਼ਰੂਰ ਰੱਖਿਓ। ਇੱਕ ਇੱਕ ਜਿਹੜਾ ਮੈਂ ਤੁਹਾਨੂੰ ਕੁਐਸਚਨ ਕਰਾ ਰਿਹਾ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹੈਗਾ। ਟੋਪ 1000 ਐਮਸੀਕਿਊ ਦਾ ਮਤਲਬ ਹੈਗਾ ਟੋਪ, ਯਾਨੀ ਕਿ ਇੱਕ ਵੀ ਤੁਸੀਂ ਕੁਐਸਚਨ ਨਹੀਂ ਛੱਡਣਾ। ਸਾਰੇ ਹੀ ਤੁਹਾਨੂੰ ਮੈਂ ਮਹੱਤਵਪੂਰਨ ਕੁਐਸਚਨ ਜਿਹੜੇ ਉਹ ਕਰਵਾ ਰਿਹਾ, ਠੀਕ ਹੈ। ਇੱਕ ਵੀ ਜਿਹੜਾ ਕੁਐਸਚਨ ਤੁਸੀਂ ਨਹੀਂ ਛੱਡਣਾ। ਨੈਕਸਟ, ਜੇਕਰ ਆਪਾਂ ਗੱਲ ਕਰੀਏ ਇੱਥੇ ਆਪਸ਼ਨਾਂ ਦੀ, ਸਾਲੂ, ਘੁੰਗਟ ਬਾਗ, ਤਿਲ ਪਤਰਾ ਜਾਂ ਉਪਰੋਕਤ ਸਾਰੇ, ਤਾਂ ਇਹਨਾਂ ਦੇ ਵਿੱਚੋਂ ਜਿਹੜੀ ਫੁਲਕਾਰੀ ਦੀ ਕਿਸਮ ਹੈ ਉਹ ਡੀ ਬਿਲਕੁਲ ਸਹੀ ਆਂਸਰ ਬਣੇਗਾ, ਉਪਰੋਕਤ ਸਾਰੇ। ਯਾਨੀ ਕਿ ਸਾਲੂ, ਘੁੰਗਟ ਬਾਗ ਤੇ ਤਿਲ ਪਤਰਾ, ਇਹ ਸਾਰੀਆਂ ਜਿਹੜੀਆਂ ਨੇ ਫੁਲਕਾਰੀ ਦੀਆਂ ਕਿਸਮਾਂ ਨੇ। ਨੈਕਸਟ, ਜਪਜੀ ਸਾਹਿਬ ਬਾਣੀ ਦੀਆਂ ਕਿੰਨੀਆਂ ਪੌੜੀਆਂ ਹਨ? ਬਹੁਤ ਮਹੱਤਵਪੂਰਨ ਕੁਐਸਚਨ ਹੈ, ਬਹੁਤ ਵਾਰ ਐਗਜ਼ਾਮ ਦੇ ਵਿੱਚ ਰਿਪੀਟ ਹੁੰਦਾ ਹੈ, ਠੀਕ ਹੈ। ਜਪਜੀ ਸਾਹਿਬ ਜਿਹੜੀ ਬਾਣੀ ਹੈਗੀ ਹੈ ਇਸ ਦੀਆਂ ਕੁੱਲ ਕਿੰਨੀਆਂ ਪੌੜੀਆਂ ਨੇ ਆਂਸਰ ਪੁੱਛਿਆ ਗਿਆ। ਆਂਸਰ ਪਹਿਲਾਂ ਸੋਚਣ ਦੀ ਕੋਸ਼ਿਸ਼ ਕਰੋ। ਆਂਸਰ ਬਣੇਗਾ ਆਪਸ਼ਨ ਨੰਬਰ ਡੀ, ਯਾਨੀ ਕਿ 38। ਕਿੰਨੀਆਂ ਪੌੜੀਆਂ ਦੀ ਗਿਣਤੀ ਇਸ ਦੀ? 38। ਆਸਾਂ ਦੀ ਵਾਰ ਜਿਹੜੀ ਰਚਨਾ ਹੈਗੀ ਹੈ ਇਹਦੀਆਂ ਕੁੱਲ ਪੌੜੀਆਂ ਹੈਗੀਆਂ ਨੇ 24। ਇਹ ਵੀ ਪੇਪਰ ਦੇ ਵਿੱਚ ਜਿਹੜਾ ਕੁਐਸਚਨ ਪੁੱਛਿਆ ਜਾਂਦਾ ਹੈ। ਜਪਜੀ ਸਾਹਿਬ ਬਾਣੀ ਦਾ ਕੋਈ ਵੀ ਰਾਗ ਨਹੀਂ ਹੈ, ਐਦਾਂ ਕੁਐਸਚਨ ਪੁੱਛਿਆ ਜਾਵੇਗਾ। ਹੇਠ ਲਿਖਿਆਂ ਦੇ ਵਿੱਚੋਂ ਗੁਰੂ ਗ੍ਰੰਥ ਸਾਹਿਬ ਦੀ ਉਹ ਕਿਹੜੀ ਬਾਣੀ ਹੈ ਜਿਹਦਾ ਕੋਈ ਵੀ ਰਾਗ ਨਹੀਂ ਹੈ? ਤਾਂ ਉੱਥੇ ਤੁਸੀਂ ਪੇਪਰ ਵਿੱਚ ਆਂਸਰ ਟਿਕ ਕਰਕੇ ਆਇਓ ਜਪਜੀ ਸਾਹਿਬ। ਜਪਜੀ ਸਾਹਿਬ ਜਿਹੜੀ ਬਾਣੀ ਹੈ ਇਹ ਹੈਗੀ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ। 12 ਮਾਹ ਜਿਹੜੀ ਬਾਣੀ ਹੈ ਇਹ ਤੁਖਾਰੀ ਰਾਗ ਦੇ ਵਿੱਚ ਹੈ। ਕਿਹੜੇ ਰਾਗ ਦੇ ਵਿੱਚ? ਤੁਖਾਰੀ ਰਾਗ ਦੇ ਵਿੱਚ। ਫਤਿਹ ਬੁਰਜ ਦੀ ਉਚਾਈ ਕਿੰਨੀ ਹੈ? ਇੱਥੇ ਫੁੱਟ ਦੇ ਵਿੱਚ ਉਚਾਈ ਪੁੱਛੀ ਗਈ ਹੈ, ਆਂਸਰ ਫਾਈਂਡ ਕਰਨ ਦੀ ਕੋਸ਼ਿਸ਼ ਕਰਿਓ। ਤਾਂ ਇੱਥੇ ਕਰੈਕਟ ਆਂਸਰ ਬਣੇਗਾ ਆਪਸ਼ਨ ਨੰਬਰ ਸੀ, ਯਾਨੀ ਕਿ 338 ਫੁੱਟ ਹੈਗੀ ਹੈ ਫਤਿਹ ਬੁਰਜ ਦੀ ਉਚਾਈ। ਫਤਿਹ ਬੁਰਜ ਜਿਹੜੀ ਹੈਗੀ ਹੈ ਇਹ ਬਾਬਾ ਬੰਦਾ ਸਿੰਘ ਬਹਾਦਰ ਨੂੰ ਸਮਰਪਿਤ ਹੈ। ਚੱਪੜ ਚਿੜੀ ਦੇ ਵਿੱਚ ਹੈਗੀ ਹੈ ਫਤਿਹ ਬੁਰਜ। ਇਸ ਤੋਂ ਇਲਾਵਾ ਇਸ ਦੀ ਮੀਟਰ ਵਿੱਚ ਉਚਾਈ ਪੁੱਛ ਲਈ ਜਾਵੇ ਤਾਂ 100 ਮੀਟਰ ਇਸ ਦੀ ਉਚਾਈ ਹੈਗੀ ਹੈ।
ਨੈਕਸਟ, ਪੰਜਾਬ ਦਾ ਸਭ ਤੋਂ ਵੱਡਾ ਪਸ਼ੂ ਮੇਲਾ ਕਿੱਥੇ ਲੱਗਦਾ? ਲੁਧਿਆਣਾ, ਅੰਮ੍ਰਿਤਸਰ, ਸ੍ਰੀ ਮੁਕਤਸਰ ਸਾਹਿਬ ਜਾਂ ਬਠਿੰਡਾ? ਠੀਕ ਹੈ, ਪਸ਼ੂ ਮੇਲਾ, ਸੋਚੋ ਇਹਦਾ ਕਿਹੜਾ ਆਂਸਰ ਹੋ ਸਕਦਾ ਹੈ। ਇੱਕ ਬੱਚੇ ਦੇ ਮੈਨੂੰ ਫੋਨ ਆਇਆ ਸੀਗਾ ਕਿ ਸਰ ਥੋੜਾ ਜਿਹਾ ਟਾਈਮ ਦਿੱਤਾ ਕਰੋ ਆਂਸਰ ਫਾਈਂਡ ਕਰਨ ਦੇ ਲਈ। ਇਸ ਕਰਕੇ ਮੈਂ ਤੁਹਾਨੂੰ ਹਰੇਕ ਵੀਡੀਓ ਦੇ ਵਿੱਚ 5 ਤੋਂ 7 ਸੈਕਿੰਡ ਦਾ ਜ਼ਰੂਰ ਦੇਵਾਂਗਾ ਆਂਸਰ ਫਾਈਂਡ ਕਰਨ ਦੇ ਲਈ। ਤਾਂ ਪੰਜਾਬ ਦਾ ਸਭ ਤੋਂ ਵੱਡਾ ਜਿਹੜਾ ਪਸ਼ੂ ਮੇਲਾ ਉਹ ਲੱਗਦਾ ਸ੍ਰੀ ਮੁਕਤਸਰ ਸਾਹਿਬ ਵਿਖੇ। ਸੀ ਬਿਲਕੁਲ ਸਹੀ ਆਂਸਰ ਬਣੇਗਾ, ਆਪਸ਼ਨ ਨੰਬਰ ਸੀ। ਤੁਹਾਨੂੰ ਪਤਾ ਹੋਵੇਗਾ ਮਾਘੀ ਦਾ ਜਿਹੜਾ ਮੇਲਾ ਇਹ ਵੀ ਸ੍ਰੀ ਮੁਕਤਸਰ ਸਾਹਿਬ ਵਿਖੇ ਲੱਗਦਾ ਹੈ। ਐਂਡ ਪੰਜਾਬ ਦਾ ਸਭ ਤੋਂ ਵੱਡਾ ਜਿਹੜਾ ਮਾਘੀ ਦਾ ਮੇਲਾ ਹੈ ਸ੍ਰੀ ਮੁਕਤਸਰ ਸਾਹਿਬ ਵਿਖੇ ਹੀ ਲੱਗਦਾ ਹੈ। ਮਾਘੀ ਦਾ ਜਿਹੜਾ ਮੇਲਾ ਹੁੰਦਾ ਹੈ ਉਹ ਲੋਹੜੀ ਤੋਂ ਅਗਲੇ ਦਿਨ ਹੁੰਦਾ ਹੈ। ਪੇਪਰ ਦੇ ਵਿੱਚ ਬਹੁਤ ਵਾਰ ਕੁਸ਼ਚਨ ਪੁੱਛਿਆ ਜਾਂਦਾ ਹੈ ਮਾਘੀ ਦਾ ਮੇਲਾ ਕਦੋਂ ਲੱਗਦਾ? ਤਾਂ ਲੋਹੜੀ ਤੋਂ ਅਗਲੇ ਦਿਨ, ਯਾਨੀ ਕਿ ਮਾਘ ਜਦੋਂ ਮਹੀਨਾ ਚੜ੍ਹੇਗਾ ਤਾਂ ਉਹਦਾ ਜਿਹੜਾ ਪਹਿਲਾ ਦਿਨ ਹੋਵੇਗਾ ਉਸ ਦਿਨ ਜਿਹੜਾ ਮਾਘੀ ਦਾ ਮੇਲਾ ਲੱਗੇਗਾ। ਇਸ ਤੋਂ ਬਾਅਦ ਲੋਹੜੀ ਜਿਹੜੀ ਹੁੰਦੀ ਆ ਉਹ ਹੁੰਦੀ ਹੈ ਪੋਹ ਦੇ ਅਖੀਰਲੇ ਦਿਨ। ਠੀਕ ਹੈ, ਪੋਹ ਦੇ ਅਖੀਰਲੇ ਦਿਨ ਹੁੰਦੀ ਹੈ ਲੋਹੜੀ। ਇਹ ਵੀ ਪੁਆਇੰਟ ਤੁਸੀਂ ਧਿਆਨ ਦੇ ਵਿੱਚ ਜ਼ਰੂਰ ਰੱਖਿਓ। ਇਹ ਵੀ ਕੁਸ਼ਚਨ ਵਾਰ ਵਾਰ ਪੇਪਰ ਚ ਤੁਹਾਨੂੰ ਦੇਖਣ ਨੂੰ ਮਿਲੇਗਾ। ਇਤਰਾਣੇ ਦੀ ਟਾਪ ਕਿਹਾ ਜਾਂਦਾ ਸ੍ਰੀ ਮੁਕਤਸਰ ਸਾਹਿਬ ਨੂੰ। ਮਾਘੀ ਦਾ ਮੇਲਾ ਸ੍ਰੀ ਮੁਕਤਸਰ ਸਾਹਿਬ, 40 ਮੁਕਤਿਆਂ ਦੀ ਯਾਦ ਵਿੱਚ ਮਾਘੀ ਦਾ ਮੇਲਾ ਲੱਗਦਾ ਹੈ। ਪੰਜਾਬ ਯੂਨੀਵਰਸਿਟੀ ਨੂੰ ਚੰਡੀਗੜ੍ਹ ਵਿੱਚ ਕਦੋਂ ਸ਼ਿਫਟ ਕੀਤਾ ਗਿਆ ਸੀਗਾ? ਤੁਹਾਨੂੰ ਪਤਾ ਹੋਵੇਗਾ ਵਰਤਮਾਨ ਸਮੇਂ ਦੇ ਵਿੱਚ ਪੰਜਾਬ ਯੂਨੀਵਰਸਿਟੀ ਕਿੱਥੇ ਹੈ? ਚੰਡੀਗੜ੍ਹ ਦੇ ਵਿੱਚ। ਪੰਜਾਬ ਦੀ ਕੈਪੀਟਲ ਚੰਡੀਗੜ੍ਹ। ਚੰਡੀਗੜ੍ਹ ਦਾ ਹਾਰਟ ਕਿਸ ਨੂੰ ਕਿਹਾ ਜਾਂਦਾ ਹੈ? ਸੈਕਟਰ 17 ਨੂੰ ਚੰਡੀਗੜ੍ਹ ਦਾ ਹਾਰਟ ਵੀ ਕਿਹਾ ਜਾਂਦਾ ਹੈ। ਇਹ ਵੀ ਪੁਆਇੰਟ ਧਿਆਨ ਵਿੱਚ ਰੱਖ ਸਕਦੇ। ਚੰਡੀਗੜ੍ਹ ਦਾ ਨਾਮ ਜਿਹੜਾ ਚੰਡੀ ਮੰਦਰ ਤੋਂ ਪਿਆ ਸੀ। ਤਾਂ ਡੀ ਕਰੈਕਟ ਆਂਸਰ ਬਣੇਗਾ 1956 ਦੇ ਵਿੱਚ ਜਿਹੜਾ ਪੰਜਾਬ ਯੂਨੀਵਰਸਿਟੀ ਨੂੰ ਚੰਡੀਗੜ੍ਹ ਵਿੱਚ ਸ਼ਿਫਟ ਕੀਤਾ ਗਿਆ ਸੀ। ਡੀ ਕਰੈਕਟ ਆਂਸਰ ਬਣ ਜਾਵੇਗਾ। ਪੰਜਾਬ ਯੂਨੀਵਰਸਿਟੀ ਦੀ ਸਥਾਪਨਾ ਹੁੰਦੀ 1882 ਦੇ ਵਿੱਚ ਲਾਹੌਰ ਵਿਖੇ। ਪੰਜਾਬੀ ਯੂਨੀਵਰਸਿਟੀ ਦੀ ਸਥਾਪਨਾ ਹੁੰਦੀ ਹੈ 1962 ਦੇ ਵਿੱਚ। ਕਦੋਂ? 1962 ਦੇ ਵਿੱਚ। ਸੈਂਟਰਲ ਯੂਨੀਵਰਸਿਟੀ ਦੀ ਸਥਾਪਨਾ ਹੁੰਦੀ ਹੈ 2009 ਦੇ ਵਿੱਚ ਬਠਿੰਡਾ ਦੇ ਵਿੱਚ। ਇੱਥੇ ਮੈਂ ਜਿੰਨੀਆਂ ਵੀ ਯੂਨੀਵਰਸਿਟੀ ਦੱਸੀਆਂ ਨੇ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਨੇ, ਬਹੁਤ ਜ਼ਿਆਦਾ। ਠੀਕ ਹੈ, ਜਿੰਨੇ ਸਟਾਰ ਦੇ ਦਿਓ ਉਨੇ ਘੱਟ ਨੇ, ਕਿਉਂਕਿ ਵਾਰ ਵਾਰ ਇਹਨਾਂ ਨਾਲ ਰਿਲੇਟਡ ਇੱਕ ਕੁਸ਼ਚਨ ਪੇਪਰ ਵਿੱਚ ਜ਼ਰੂਰ ਪੁੱਛਿਆ ਜਾਵੇਗਾ। ਕਿਹੜੇ ਲੋਕ ਨਾਚ ਨੂੰ ਬਾਬਿਆਂ ਦਾ ਗਿੱਧਾ ਵੀ ਕਿਹਾ ਜਾਂਦਾ ਹੈ? ਤਾਂ ਮਲਵਈ ਜਿਹੜਾ ਗਿੱਧਾ ਹੈਗਾ ਇਸ ਨੂੰ ਬਾਬਿਆਂ ਦਾ ਗਿੱਧਾ ਵੀ ਕਿਹਾ ਜਾਂਦਾ ਹੈ। ਡੀ ਬਿਲਕੁਲ ਸਹੀ ਆਂਸਰ ਬਣੇਗਾ। ਠੀਕ ਹੈ, ਝੂਮਰ ਲੋਕ ਨਾਚ ਸਾਂਦਲਵਾੜ ਦਾ ਪ੍ਰਸਿੱਧ ਹੈ। ਬਾਬਿਆਂ ਦੇ ਗਿੱਧਾ ਜਾਂ ਝੋਬਰਾਂ ਦਾ ਗਿੱਧਾ ਵੀ ਕਿਹਾ ਜਾਂਦਾ ਹੈ। ਠੀਕ ਹੈ, ਮਲਵਈ ਗਿੱਧੇ ਨੂੰ। ਪੰਜਾਬ ਦੇ ਕਿਹੜੇ ਕਵੀ ਨੂੰ ਬਾਬਾ ਬੋੜ ਵੀ ਕਿਹਾ ਜਾਂਦਾ ਹੈ? ਬਹੁਤ ਮਹੱਤਵਪੂਰਨ ਕੁਸ਼ਚਨ ਰਹੇਗਾ ਇਗਜ਼ਾਮ ਦੇ ਪੁਆਇੰਟ ਆਫ ਵਿਊ ਤੋਂ। ਇਸ ਤੋਂ ਇਲਾਵਾ ਜਿਹੜੇ ਕਰੰਟ ਅਫੇਅਰ ਨੇ ਉਹ ਵੀ ਆਪਾਂ ਜਲਦ ਹੀ ਸ਼ੁਰੂ ਕਰਨ ਜਾ ਰਹੇ ਹਾਂ, ਕਿਉਂਕਿ TCS ਜਿਹੜੀ ਕੰਪਨੀ ਜਦੋਂ ਪੰਜਾਬ ਪੁਲਿਸ ਦਾ ਪੇਪਰ ਕੰਡਕਟ ਕਰਾਉਂਦੀ ਹੈ ਤਾਂ 35 ਦੇ ਵਿੱਚੋਂ ਤੁਹਾਨੂੰ ਲਗਭਗ, ਠੀਕ ਹੈ, 15 ਤੋਂ 20 ਕੁਸ਼ਚਨ ਜਿਹੜੇ ਨੇ ਉਹ ਕਰੰਟ ਅਫੇਅਰਸ ਦੇ ਦੇਖਣ ਨੂੰ ਮਿਲਣਗੇ। ਠੀਕ ਹੈ, 5 ਤੋਂ 6 ਜਿਹੜੇ ਕੁਸ਼ਚਨ ਨੇ ਤੁਹਾਨੂੰ ਪੰਜਾਬ GK ਦੇ ਦੇਖਣ ਨੂੰ ਮਿਲ ਸਕਦੇ ਨੇ। ਪ੍ਰੀਟੀਕਲ ਦੇ ਵਿੱਚ ਤੁਹਾਨੂੰ ਕੁਸ਼ਚਨ ਮਿਲਣਗੇ 5 ਤੋਂ 6, ਬਟ ਜ਼ਿਆਦਾ ਜਿਹੜੀ ਪੁੱਛੀ ਜਾਂਦੀ ਉਹ ਕਰੰਟ ਅਫੇਅਰਸ ਹੀ ਆਉਂਦੀ ਹੈ ਪੇਪਰ ਦੇ ਵਿੱਚ। ਵੀ ਬਿਲਕੁਲ ਸਹੀ ਆਂਸਰ ਬਣੇਗਾ। ਪੰਜਾਬ ਦੇ ਕਿਹੜੇ ਕਵੀ ਨੂੰ ਬਾਬਾ ਬੋੜ ਵੀ ਕਿਹਾ ਜਾਂਦਾ ਹੈ? ਤਾਂ ਆਂਸਰ ਬਣੇਗਾ ਸੰਤ ਸਿੰਘ ਸਿੱਖ ਨੂੰ ਬਾਬਾ ਬੋੜ ਵੀ ਕਿਹਾ ਜਾਂਦਾ ਹੈ। ਬਿਰਾ ਦਾ ਸੁਲਤਾਨ ਪੁੱਛਿਆ ਜਾਵੇ ਸ਼ਿਵ ਕੁਮਾਰ ਬਟਾਲਵੀ। ਖੁੱਲੇ ਲੇਖ ਦਾ ਪਿਤਾਮਾ ਪੁੱਛਿਆ ਜਾਵੇ ਤਾਂ ਪ੍ਰੋਫੈਸਰ ਗੁਰੂ ਸਿੰਘ। ਸ਼ਿਵ ਕੁਮਾਰ ਜਿਹੜੇ ਬਟਾਲਵੀ ਸਨ ਤਾਂ ਇਹਨਾਂ ਦੀ ਜਿੰਨੀਆਂ ਵੀ ਲਗਭਗ ਰਚਨਾਵਾਂ ਸੀਗੀਆਂ ਉਹ ਰੋਮਾਂਟਿਕ ਟਾਈਪ ਸੀਗੀਆਂ। ਠੀਕ ਹੈ, ਤਾਂ ਇਸ ਕਰਕੇ ਬਿਰਾ ਦਾ ਸੁਲਤਾਨ ਕਿਹਾ ਜਾਂਦਾ ਹੈ ਸ਼ਿਵ ਕੁਮਾਰ ਬਟਾਲਵੀ ਨੂੰ। ਪੰਜਾਬੀ ਨਾਵਲ ਦਾ ਪਿਤਾਮਾ ਪੁੱਛ ਲਿਆ ਜਾਵੇ ਤਾਂ ਨਾਨਕ ਸਿੰਘ। ਪੰਜਾਬੀ ਨਾਵਲ ਦਾ ਪਿਤਾਮਾ ਨਾਨਕ ਸਿੰਘ।
ਠੀਕ ਆ, ਪੰਜਾਬੀ ਨਾਟਕ ਦਾ ਪਿਤਾਮਾ ਪੁੱਛ ਲਿਆ ਜਾਵੇ ਤਾਂ ਪਰ ਚੰਦਰ ਨੰਦਾ, ਪੰਜਾਬੀ ਕਾਂਗੀ ਦਾ ਪਿਤਾਮਾ ਅਤੇ ਪੰਜਾਬੀ ਨਾਟਕ ਦਾ ਪਿਤਾਮਾ ਈਸ਼ਵਰ ਚੰਦਰ ਨੰਦਾ। ਪੁਆਇੰਟ ਨੋਟ ਕਰ ਲਿਓ। ਜਾਣਗੇ ਆਜ਼ਾਦੀ ਮਿਊਜ਼ੀਅਮ ਕਿੱਥੇ ਹੈ? ਆਨਸਰ ਇਹਦਾ ਫਾਈਂਡ ਕਰਨ ਦੀ ਕੋਸ਼ਿਸ਼ ਕਰਿਓ ਤਾਂ ਜਾਣਗੇ ਆਜ਼ਾਦੀ ਜਿਹੜਾ ਮਿਊਜ਼ੀਅਮ ਹੈਗਾ ਇਹ ਹੈਗਾ ਜਲੰਧਰ ਦੇ ਵਿੱਚ। ਡੀ ਬਿਲਕੁਲ ਸਹੀ ਆਂਸਰ ਬਣੇਗਾ, ਆਪਸ਼ਨ ਨੰਬਰ ਡੀ ਜਲੰਧਰ। ਜਲੰਧਰ ਦਾ ਜਿਹੜਾ ਪੁਰਾਣਾ ਨਾਮ ਹੈਗਾ ਉਹ ਹੈਗਾ ਤ੍ਰਿਗਰਥਾ, ਠੀਕ ਹੈ, ਤ੍ਰਿਗਰਥ ਹੈਗਾ ਜਲੰਧਰ ਦਾ ਪੁਰਾਣਾ ਨਾਮ, ਤਾਂ ਡੀ ਇੱਥੇ ਕਰੈਕਟ ਆਂਸਰ ਬਣੇਗਾ। ਮਹਾਰਾਜਾ ਰਣਜੀਤ ਸਿੰਘ ਮਿਊਜ਼ੀਅਮ ਪੁੱਛ ਲਿਆ ਜਾਵੇ ਤਾਂ ਅੰਮ੍ਰਿਤਸਰ। ਐਂਗਲੋ ਸਿੱਖ ਵਾਰ ਮਿਊਜ਼ੀਅਮ ਪੁੱਛ ਲਿਆ ਜਾਵੇ ਤਾਂ ਫਿਰੋਜ਼ਪੁਰ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਬਾਬਾ ਫਰੀਦ ਜੀ ਦੇ ਕਿੰਨੇ ਸ਼ਲੋਕ ਸ਼ਾਮਿਲ ਹਨ? ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਬਾ ਫਰੀਦ ਜੀ ਦੇ ਕੁੱਲ 112 ਸ਼ਲੋਕ ਸ਼ਾਮਿਲ ਹਨ, ਤਾਂ ਬੀ ਬਿਲਕੁਲ ਸਹੀ ਆਂਸਰ ਬਣੇਗਾ, ਆਪਸ਼ਨ ਨੰਬਰ ਬੀ। ਬਾਬਾ ਫਰੀਦ ਜੀ ਦੀ ਸੋਰੀ ਬਾਬਾ ਫਰੀਦ ਜਿਹੜੇ ਸਨ ਉਹ ਚਿਸ਼ਤੀ ਸੰਪਰਦਾਇ ਨਾਲ ਸੰਬੰਧ ਹਨ। ਅਲੱਗ ਅਲੱਗ ਸੰਪਰਦਾਇ ਸੀਗੀਆਂ ਅਲੱਗ ਅਲੱਗ ਕਵੀ ਦੀਆਂ, ਠੀਕ ਹੈ, ਜਿਵੇਂ ਬਾਬਾ ਬੁੱਢੀ ਸਾਹਿਬ ਦੀ ਅਲੱਗ ਸੰਪਰਦਾ ਸੀਗੀ, ਜਿਹੜੇ ਬਾਬਾ ਫਰੀਦ ਸਨ ਤਾਂ ਇਹ ਸਨ ਚਿਸ਼ਤੀ ਸੰਪਰਦਾ ਨਾਲ ਸੰਬੰਧਿਤ। ਇਸ ਤੋਂ ਇਲਾਵਾ ਜਿਵੇਂ ਨਕਸ਼ਬੰਦੀ ਸੰਪਰਦਾ ਸੀਗੀ, ਸੁਆਰਵਾਦੀ ਵੀ ਸੰਪਰਦਾ ਸੀਗੀ, ਏਦਾਂ ਕੁੱਝ ਸੰਪਰਦਾਇ ਸਨ। ਨੈਕਸਟ ਆਪਣਾ ਕੁਸ਼ਚਨ ਹੈਗਾ, ਪਟਿਆਲਾ ਘਰਾਣਾ ਕਿਸ ਨਾਲ ਪ੍ਰਸਿੱਧ ਹੈ? ਕਢਾਈ ਦੇ ਨਾਲ, ਖਾਣ ਪੀਣ ਨਾਲ, ਸੰਗੀਤ ਨਾਲ ਜਾਂ ਲੋਕ ਨਾਚ ਨਾਲ? ਤਾਂ ਪਟਿਆਲਾ ਘਰਾਣਾ ਜਿਹੜਾ ਹੈਗਾ ਇਹ ਸੰਬੰਧਿਤ ਹੈਗਾ ਸੰਗੀਤ ਦੇ ਨਾਲ, ਤਾਂ ਸੀ ਇੱਥੇ ਬਿਲਕੁਲ ਸਹੀ ਆਂਸਰ ਬਣੇਗਾ, ਆਪਸ਼ਨ ਨੰਬਰ ਸੀ। ਪੰਜਾਬ ਦੀ ਸਭ ਤੋਂ ਵੱਡੀ ਦਾਣਾ ਮੰਡੀ ਕਿੱਥੇ ਹੈ? ਕੁਸ਼ਚਨ ਸਿੰਪਲ ਹੈ ਬਟ ਪੇਪਰ ਦੇ ਵਿੱਚ ਵਾਰ ਵਾਰ ਤੁਹਾਨੂੰ ਦੇਖਣ ਨੂੰ ਮਿਲੇਗਾ। ਕਰਤਾਰਪੁਰ ਵਿੱਚ, ਖੰਨਾ, ਬਠਿੰਡਾ ਜਾਂ ਮੰਡੀ ਗੋਬਿੰਦਗੜ੍ਹ? ਤਾਂ ਪੰਜਾਬ ਦੀ ਸਭ ਤੋਂ ਵੱਡੀ ਦਾਣਾ ਮੰਡੀ ਹੈਗੀ ਆ ਖੰਨਾ। ਬੀ ਬਿਲਕੁਲ ਸਹੀ ਆਂਸਰ ਬਣੇਗਾ, ਆਪਸ਼ਨ ਨੰਬਰ ਬੀ ਖੰਨਾ। ਪੰਜਾਬ ਦੀ ਫਰਨੀਚਰ ਸਿਟੀ ਪੁੱਛ ਲਿਆ ਜਾਵੇ ਤਾਂ ਕਰਤਾਰਪੁਰ, ਠੀਕ ਹੈ, ਪੰਜਾਬ ਦੀ ਫਰਨੀਚਰ ਸਿਟੀ ਕਰਤਾਰਪੁਰ। ਇਸ ਤੋਂ ਇਲਾਵਾ ਫੁੱਟਬਾਲ ਦੀ ਨਰਸਰੀ ਪੁੱਛ ਲਿਆ ਜਾਵੇ ਤਾਂ ਪੇਪਰ ਵਿੱਚ ਆਂਸਰ ਟਿਕ ਕਰਕੇ ਆਇਓ ਮਾਲਪੁਰ। ਮਾਲਪੁਰ ਨੂੰ ਫੁੱਟਬਾਲ ਦੀ ਨਰਸਰੀ ਵੀ ਆਖਿਆ ਜਾਂਦਾ ਹੈ। ਕਿਹੜੇ ਦੇਸ਼ ਵਿੱਚ ਫੁਲਕਾਰੀ ਨੂੰ ਗੁਲਕਾਰੀ ਕਿਹਾ ਜਾਂਦਾ ਹੈ? ਆਹ ਵੀ ਕੁਸ਼ਚਨ ਪੇਪਰ ਚ ਇੱਕ ਦੋ ਵਾਰ ਆਇਆ ਸੀਗਾ, ਤਾਂ ਆਂਸਰ ਬਣੇਗਾ ਆਪਸ਼ਨ ਨੰਬਰ ਡੀ, ਯਾਨੀ ਕਿ ਈਰਾਨ। ਈਰਾਨ ਜਿਹੜਾ ਦੇਸ਼ ਹੈ ਇਸ ਦੇਸ਼ ਦੇ ਵਿੱਚ ਫੁਲਕਾਰੀ ਨੂੰ ਗੁਲਕਾਰੀ ਵੀ ਆਖਿਆ ਜਾਂਦਾ ਹੈ। ਨਾਮਧਾਰੀ ਕਿਹੜੇ ਜਾਨਵਰ ਦੀ ਪੂਜਾ ਕਰਦੇ ਸਨ? ਗਾਂ, ਬਲਦ, ਹਾਥੀ ਜਾਂ ਸ਼ੇਰ? ਨਾਮਧਾਰੀ ਯਾਨੀ ਕਿ ਕੂਕਾ ਲਹਿਰ, ਠੀਕ ਹੈ, ਕੂਕਾ ਲਹਿਰ ਜਿਹੜੀ ਕਿ ਇਸ ਨੂੰ ਨਾਮਧਾਰੀ ਕਿਹਾ ਜਾਂਦਾ, ਤਾਂ ਆਂਸਰ ਬਣੇਗਾ ਆਪਸ਼ਨ ਨੰਬਰ ਆਪਣੇ ਕੋਲ ਏ, ਯਾਨੀ ਕਿ ਗਾਂ, ਠੀਕ ਹੈ, ਗਾਂ ਦੀ ਪੂਜਾ ਕਰਦੇ ਸਨ ਨਾਮਧਾਰੀ, ਤਾਂ ਇਹ ਇੱਥੇ ਬਿਲਕੁਲ ਸਹੀ ਆਂਸਰ ਬਣੇਗਾ ਆਪਸ਼ਨ ਨੰਬਰ ਏ। ਕੂਕਾ ਅੰਦੋਲਨ ਦੇ ਪਿਤਾਮਾ ਪੁੱਛੇ ਜਾਣ ਤਾਂ ਬਾਬਾ ਰਾਮ ਸਿੰਘ। ਆਜ਼ਾਦੀ ਤੋਂ ਪਹਿਲਾਂ ਪੰਜਾਬ ਦੇ ਕੋਲ ਕਿੰਨੇ ਮੰਡਲ ਸਨ? ਤਾਂ ਆਜ਼ਾਦੀ ਤੋਂ ਪਹਿਲਾਂ ਪੰਜਾਬ ਦੇ ਕੋਲ 5 ਮੰਡਲ ਸਨ, ਵਰਤਮਾਨ ਸਮੇਂ ਦੇ ਵਿੱਚ ਵੀ 5 ਮੰਡਲ ਨੇ, ਤਾਂ ਬੀ ਬਿਲਕੁਲ ਸਹੀ ਆਂਸਰ ਬਣੇਗਾ ਆਪਸ਼ਨ ਨੰਬਰ ਬੀ। ਪਾਕਿਸਤਾਨ ਦੀ ਮੰਗ ਸਭ ਤੋਂ ਪਹਿਲਾਂ ਕਿਸ ਨੇ ਕੀਤੀ ਸੀਗੀ? ਮੋਸਟ ਇੰਪੋਰਟੈਂਟ ਕੁਸ਼ਚਨ, ਬਹੁਤ ਵਾਰ ਪੰਜਾਬ ਦੇ ਪੇਪਰਾਂ ਵਿੱਚ ਰਿਪੀਟ ਹੁੰਦਾ ਦੇਖਣ ਨੂੰ ਮਿਲੇਗਾ। ਤਾਂ ਪਾਕਿਸਤਾਨ ਦੀ ਮੰਗ ਸਭ ਤੋਂ ਪਹਿਲਾਂ ਕਿਸ ਨੇ ਕੀਤੀ ਸੀ? ਮੁਹੰਮਦ ਅਲੀ ਜਿਨਾਹ ਨੇ, ਮੁਹੰਮਦ ਇਕਬਾਲ ਨੇ, ਚੌਧਰੀ ਰਹਿਮਤ ਅਲੀ ਨੇ ਜਾਂ ਮੁਹੰਮਦ ਸ਼ਰੀਫ ਨੇ? ਤਾਂ ਆਂਸਰ ਬਣੇਗਾ ਆਪਸ਼ਨ ਨੰਬਰ ਏ, ਯਾਨੀ ਕਿ
ਮੁਹੰਮਦ ਅਲੀ ਜਿਨ੍ਹਾਂ ਨੇ ਪਾਕਿਸਤਾਨ ਦੀ ਮੰਗ ਸਭ ਤੋਂ ਪਹਿਲਾਂ ਕੀਤੀ ਸੀ। ਇਹ ਇੱਥੇ ਬਿਲਕੁਲ ਸਹੀ ਆਂਸਰ ਬਣੇਗਾ, ਆਪਸ਼ਨ ਨੰਬਰ ਏ। ਪਾਕਿਸਤਾਨ ਦੇਸ਼ ਦਾ ਨਾਮ ਕਿਸ ਨੇ ਦਿੱਤਾ ਸੀ? ਚੌਧਰੀ ਰਹਿਮਤ ਅਲੀ ਨੇ। ਦੋਨੋਂ ਜਿਹੜੇ ਕੁਐਸਚਨ ਨੇ ਪੇਪਰ ਵਿੱਚ ਰਿਪੀਟ ਹੁੰਦੇ ਦੇਖਣ ਨੂੰ ਮਿਲਣਗੇ। ਪਾਕਿਸਤਾਨ ਦੇਸ਼ ਦਾ ਨਾਮ ਚੌਧਰੀ ਰਹਿਮਤ ਅਲੀ ਨੇ ਦਿੱਤਾ ਸੀ, ਬਟ ਪਾਕਿਸਤਾਨ ਦੇਸ਼ ਦੀ ਮੰਗ ਕਿਸ ਨੇ ਕੀਤੀ ਸੀ? ਇਹ ਕੀਤੀ ਸੀ ਮੁਹੰਮਦ ਅਲੀ ਜਿਨ੍ਹਾਂ ਨੇ। ਪਗੜੀ ਸੰਭਾਲ ਜੱਟਾ ਗੀਤ ਕਿਸ ਦਾ ਲਿਖਿਆ ਹੋਇਆ? ਤਾਂ ਪਗੜੀ ਸੰਭਾਲ ਜੱਟਾ ਜਿਹੜਾ ਗੀਤ ਹੈਗਾ ਇਹ ਲਿਖਿਆ ਹੋਇਆ ਬਾਂਕੇ ਦਿਆਲ ਦਾ। ਸੀ ਬਿਲਕੁਲ ਸਹੀ ਆਂਸਰ ਬਣੇਗਾ, ਆਪਸ਼ਨ ਨੰਬਰ ਸੀ ਬਾਂਕੇ ਦਿਆਲ। ਸਰਦਾਰ ਭਗਤ ਸਿੰਘ ਦੁਆਰਾ ਪਗੜੀ ਸੰਭਾਲ ਜੱਟਾ ਜਿਹੜਾ ਗੀਤ ਹੈ ਇਹ ਫੇਮਸ ਕੀਤਾ ਗਿਆ ਸੀ, ਠੀਕ ਹੈ। ਦੋਨੋਂ ਅਲੱਗ ਅਲੱਗ ਕੁਐਸਚਨ ਬੰਦੇ ਨੇ ਫੇਮਸ ਕੀਤਾ ਗਿਆ ਸੀ ਸਰਦਾਰ ਭਗਤ ਸਿੰਘ ਦੁਆਰਾ, ਬਟ ਲਿਖਿਆ ਗਿਆ ਸੀ ਬਾਂਕੇ ਦਿਆਲ। ਵੀਡੀਓ ਲਾਸਟ ਕੁਐਸਚਨ ਹੈ, ਪੰਜਾਬੀ ਭਾਸ਼ਾ ਪੰਜਾਬ ਦੀ ਸਰਕਾਰੀ ਭਾਸ਼ਾ ਕਦੋਂ ਬਣੀ ਸੀ? ਬਹੁਤ ਮਹੱਤਵਪੂਰਨ ਕੁਐਸਚਨ ਹੈ। ਆਂਸਰ ਬਣੇਗਾ ਆਪਸ਼ਨ ਨੰਬਰ ਡੀ, ਯਾਨੀ ਕਿ 14 April 1968 ਦੇ ਵਿੱਚ ਪੰਜਾਬੀ ਭਾਸ਼ਾ ਪੰਜਾਬ ਦੀ ਸਰਕਾਰੀ ਭਾਸ਼ਾ ਘੋਸ਼ਿਤ ਕੀਤੀ ਗਈ ਸੀ ਜਾਂ ਬਣੀ ਸੀ। ਤਾਂ ਡੀ ਕਰੈਕਟ ਆਂਸਰ ਬਣੇਗਾ, 14 April 1968 ਪੰਜਾਬੀ ਭਾਸ਼ਾ ਐਕਟ 1968 ਤੇ ਪੰਜਾਬ ਦੀ ਸਰਕਾਰੀ ਭਾਸ਼ਾ ਪੰਜਾਬ ਨੂੰ ਕਦੋਂ ਆਖਿਆ ਗਿਆ ਸੀ? 1966 ਦੇ ਵਿੱਚ। ਤਿੰਨੋਂ ਹੀ ਕੁਐਸਚਨ ਅਲੱਗ ਅਲੱਗ ਬੰਦੇ ਨੇ, ਪੰਜਾਬੀ ਭਾਸ਼ਾ ਪੰਜਾਬ ਦੀ ਸਰਕਾਰੀ ਭਾਸ਼ਾ ਬਣੀ ਸੀ 14 April 1968, ਪੰਜਾਬੀ ਭਾਸ਼ਾ ਐਕਟ ਬਣਿਆ ਸੀ 1966, ਪੰਜਾਬ ਦੀ ਸਰਕਾਰੀ ਭਾਸ਼ਾ ਪੰਜਾਬ ਨੂੰ ਕਦੋਂ ਆਖਿਆ ਗਿਆ ਸੀ? 1966 ਦੇ ਵਿੱਚ, ਯਾਨੀ ਕਿ ਜਦੋਂ ਕਿ ਪੰਜਾਬ ਦੀ ਕੈਪੀਟਲ ਘੋਸ਼ਿਤ ਕੀਤੀ ਗਈ ਸੀ ਚੰਡੀਗੜ੍ਹ ਨੂੰ, ਉਸ ਸਮੇਂ ਹੀ ਪੰਜਾਬ ਦੀ ਸਰਕਾਰੀ ਭਾਸ਼ਾ ਪੰਜਾਬ ਨੂੰ ਆਖਿਆ ਗਿਆ ਸੀ, ਠੀਕ ਹੈ। ਇਹ ਆਪਣੇ ਕੁਝ ਮਹੱਤਵਪੂਰਨ ਕੁਐਸਚਨ ਸਨ ਇਸ ਵੀਡੀਓ ਦੇ। ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਪਲੀਜ਼ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ। ਜੇਕਰ ਵੀਡੀਓ ਤੁਹਾਨੂੰ ਵਧੀਆ ਲੱਗਦੀ ਤਾਂ ਪਲੀਜ਼ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਤਾਂ ਜੋ ਅੱਗੇ ਕਲਾਸਾਂ ਨੂੰ ਆਪਾਂ ਕੰਟੀਨਿਊ ਰੱਖ ਸਕੀਏ, ਠੀਕ ਹੈ। ਤੁਸੀਂ ਇੱਕ ਵਾਰ ਕਲਾਸਾਂ ਨੂੰ ਸ਼ੇਅਰ ਜ਼ਰੂਰ ਕਰਨਾ, ਅੱਗੇ ਵਾਲਾ ਬੱਚਾ ਦੇਖੇ ਨਾ ਦੇਖੇ ਉਹ ਦੀ ਇੱਛਾ ਹੈਗੀ ਹੈ, ਬਟ ਕਲਾਸਾਂ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਆ ਕਰੋ। ਐਂਡ ਵੀਡੀਓ ਕਿਵੇਂ ਦੀ ਲੱਗੀ ਇਹਦਾ ਆਂਸਰ ਵੀ ਤੁਸੀਂ ਮੈਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ। ਕੰਟੈਂਟ ਵਧੀਆ ਲੱਗਦਾ ਤਾਂ ਤੁਸੀਂ ਨੀਚੇ ਦਿੱਤੇ ਗਏ ਨੰਬਰ ਤੇ ਡਾਇਰੈਕਟ ਕਾਲ ਕਰਨੀ ਹੈ ਜਾਂ ਵਟਸਐਪ ਰਾਹੀਂ ਤੁਸੀਂ ਮੈਨੂੰ ਮੈਸੇਜ ਕਰਨਾ, ਤਾਂ ਸਾਰੀ ਇਨਫੋਰਮੇਸ਼ਨ ਤੁਹਾਨੂੰ ਪ੍ਰੋਵਾਈਡ ਕਰਵਾ ਦਿੱਤੀ ਜਾਵੇਗੀ ਸਟੱਡੀ ਨੋਟਸ ਦੇ ਰਿਗਾਰਡਿੰਗ, ਠੀਕ ਹੈ। ਇਸ ਤੋਂ ਇਲਾਵਾ ਟੈਲੀਗ੍ਰਾਮ ਚੈਨਲ ਨੂੰ ਜੁਆਇਨ ਕਰ ਲਿਆ ਜੇ, ਐਪਲੀਕੇਸ਼ਨ ਨੂੰ ਇੰਸਟਾਲ ਕਰ ਲਿਆ ਜੇ। ਟੈਲੀਗ੍ਰਾਮ ਚੈਨਲ ਤੇ ਜਿਹੜੇ ਤੁਹਾਨੂੰ ਅਪਡੇਟਸ ਦਿੱਤੀਆਂ ਜਾਂਦੇ ਨੇ ਸਟੱਡੀ ਦੇ ਰਿਗਾਰਡਿੰਗ, ਐਂਡ ਕੁਝ PDF ਵੀ ਤੁਹਾਨੂੰ ਉੱਥੇ ਪ੍ਰੋਵਾਈਡ ਕੀਤੀਆਂ ਜਾਂਦੀਆਂ ਨੇ। ਬਾਕੀ ਕਰੰਟ ਅਫੇਅਰਸ ਦੇ ਜਿਹੜੇ ਕੁਐਸਚਨ ਨੇ ਜ਼ਿਆਦਾ ਪੇਪਰ 'ਚ ਪੁੱਛੇ ਜਾਂਦੇ ਨੇ ਉਹ ਵੀ ਆਪਾਂ ਡੇ ਬਾਈ ਡੇ ਡਿਸਕਸ ਕਰਾਂਗੇ, ਠੀਕ ਹੈ। ਕਰੰਟ ਅਫੇਅਰ ਵੀ ਤੁਹਾਨੂੰ ਸਾਰੀ ਜਿਹੜੀ ਆ ਕਵਰ ਕੀਤੀ ਹੋਈ ਮਿਲੇਗੀ ਇਸ ਚੈਨਲ ਦੇ ਉੱਪਰ। ਸੋ ਇਸ ਦੇ ਨਾਲ ਹੀ ਵੀਡੀਓ ਸਮਾਪਤ ਕਰਦੇ ਹਾਂ, ਮਿਲਦੇ ਹਾਂ ਕਿਸੇ ਨੈਕਸਟ ਵੀਡੀਓ ਦੇ ਵਿੱਚ। ਥੈਂਕ ਯੂ।